ਹੋਏ 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 ਧੁੰਦ ਸੁਬਹ ਸੁਬਹ ਜਾਣੇ ਵੇਖੋ ਕਿੱਥੇ ਫਿਰਨ ਦੇ ਤੁਹਾਨੂੰ ਕੋਈ ਗਰ ਆਰਾਮ ਨਹੀਂ ਹੈ ਅੱਛਾ ਜਾਓ ਫਿਰ ਸਪਾਰਾ ਭਰਨ ਜਾਣ ਦੇ ਸਭ ਨੂੰ ਅਸਲਾਮ ਅਲੈਕੁਮ ਕੀ ਹਾਲ ਹੈ ਸੋਹਣਿਓ ਜਿੰਨਾ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੋਕ ਕਦੇ ਨਹੀਂ ਪਾਇਆ ਹਮਜ਼ਾ ਸਿੱਧੂ ਮਿੰਬਰਾਂ ਦੇ ਖੋਹ ਵਾਲਾ ਇੰਨੀ ਧੁੰਦ ਵਿੱਚ ਇੱਕ ਵਾਰੀ ਫਿਰ ਆਇਆ ਅਤੇ ਇੱਕ ਵਾਰੀ ਫਿਰ ਆਇਆ ਸੁਬਹਾ ਸੁਬਹਾ ਜਿਹਾ ਨਾ ਆਉਣਾ ਪਿਆ ਜਿੱਥੇ ਮਿੱਟੀ ਇਹੀ ਰੇਤ ਸਤਾਉਣ ਡਿਆ ਨਾ ਆਪਣੀ ਨੀਹਾਂ 'ਚ ਨਵਾਂ ਘਾੜ ਤੁਹਾਨੂੰ ਪਤਾ ਬਣਾ ਦਿੰਦੇ ਅਲਹਮਦੁਲਿਲਾ ਕੰਮ ਜਿਹਾ ਨਾ ਰੇਤ ਦਾ ਜਾੜੀ ਹੈ ਅਤੇ ਇਹ ਵੇਖਿਆ ਨਾ ਸਾਰਾ ਕੰਮ ਹੋ ਗਿਆ ਹੁਣ ਰੇਤ ਪਾਉਣ ਦੀ ਵਾਰੀ ਹੈ ਅਤੇ ਕਿੱਥੋਂ ਕਿੱਥੋਂ ਤੱਕ ਪਹੁੰਚ ਗਿਆ ਕੰਮ ਕੱਲ੍ਹ ਦਾ ਡੈਂਪਰ ਲਾ ਗਏ ਨੇ ਅੱਜ ਇਹਨੂੰ ਧਿੱਕ ਕੇ ਵਿੱਚ ਕਰਨਗੇ ਮੈਂ ਸੁਬਹਾ ਸੁਬਹਾ ਆਇਆ ਹਾਂ ਬਾਹਰ ਨੂੰ ਮੈਂ ਚਲੋ ਗੁੱਡ ਮੋਰਨਿੰਗ ਦਾ ਮਾਹੌਲ ਵੀ ਤੁਹਾਨੂੰ ਵਾ ਦਈਏ ਪਿੰਡ ਥਾਵਾਂ ਜੀ ਅੱਜ ਕੀ ਮਾਹੌਲ ਹੈ ਅਤੇ ਆ ਵੇਖੋ ਅੱਜ ਜਾਣਾ ਕੀ ਮਾਹੌਲ ਚੱਲ ਰਿਹਾ ਬਾਕੀ ਉਹ ਵੀ ਡੈਂਪਰ ਲਾ ਗਏ ਅਤੇ ਉੱਥੋਂ ਤੱਕ ਕੰਮ ਹੈ ਕਿੱਥੋਂ ਕਿੱਥੋਂ ਤੱਕ ਪਹੁੰਚ ਗਿਆ ਕਾਂ ਜੀ ਸੁਬਹਾ ਸੁਬਹਾ ਆ ਰਹੇ ਨੇ ਬਾਬਾ ਜੀ ਆਪਣਾ ਖਾਣ ਪੀਣ ਜਾ ਰਹੇ ਨੇ ਕੰਮਾਂ 'ਤੇ ਜਾ ਰਹੇ ਨੇ ਕਾਰੋਬਾਰ 'ਚ ਓ ਵੇਖੋ ਬੂਟੇ ਇੱਕ ਉੱਤੇ ਕਿੰਨੇ ਹੀ ਕਾਂ ਬੈਠੇ ਹੁਣ ਜੀ ਨਾ ਇਸ ਟਾਈਮ ਪੌੜੀ ਲੈਣ ਆਇਆ ਜੀ ਅਸੀਂ ਡੈਂਪਰ ਜਿਹਾ ਨਾ ਹੜਾ ਦੀ ਕੋਈ ਤਾਰ ਤੋੜ ਗਿਆ ਉਰੇ ਉਹ ਜਿਹਾ ਫਿਰ ਤਾਂ ਚੁੱਕਣੀ ਹੈ ਸੁਬਹਾ ਸੁਬਹਾ ਹੀ ਆਏ ਤੁਹਾਨੂੰ ਪਤਾ ਉੱਥੇ ਕਿੰਨੇ ਹੁੰਦੇ ਅਤੇ ਅੱਲਾ ਨਾ ਕਰੇ ਫਾੜੀ ਨਾਲ ਕੋਈ ਤਾਰ ਕਰੰਟ ਵਜੇ ਜੀ ਅਤੇ ਉਹ ਤਾਂ ਚੁੱਕਣੇ ਹਾਂਜੀ ਜੀ ਤਾਰ ਜਿਹਾ ਰਾਤ ਦੀ ਟੁੱਟੀ ਇਹਦੇ ਵਿੱਚ ਕਰੰਟ ਵੀ ਆ ਜੇ ਇਹਨੂੰ ਉੱਤੇ ਕਰਕੇ ਬੰਨ ਦਿੰਦੇ ਤਾਰ ਜਾਣਾ ਉਹ ਕੀ ਕਰਦੇ ਪਏ ਹੋ ਚਲੋ ਤਾਰ ਜਾਣਾ ਬੰਨ ਪੌੜੀ ਲੈ ਕੇ ਫਿਰ ਜਾਣਾ ਚਲੀਏ ਘਰ ਨੂੰ ਓਏ ਹੋਏ ਹੱਟ ਠੜ ਕੇ ਫੁੱਲ ਹੱਥਾਂ ਦੀ ਫੁੱਲ ਢੀਂਡੀ ਪਾਪਾ ਹੋ ਰਹੀ ਹੈ ਹੱਥ ਵੇਖੋ ਕਿੰਝ ਜਿਹਾ ਲਾਲ ਹੋ ਗਿਆ ਅਤੇ ਕਾਲਾ ਇੰਨੀ ਠੰਡ 'ਚ ਫੁੱਲ ਠਰ ਗਏ ਚਲੋ ਡੋਦਾਂ ਸਕੂਲੇ ਡੋਦਾਂ ਵਿਹਲੇ ਫਿਰਦੇ ਰਹਿੰਦੇ ਹੋ ਕੌਣ ਵਿਹਲੇ ਫਿਰਦੇ ਤਾਂ ਆਈ ਟੀ ਪਾਪਾ ਹੋਣੀ ਹੈ ਤੁਹਾਡੀ ਹੋਣੀ ਹੈ ਉੱਠੋ ਤਾਂ ਉੱਠੋ ਤਾਂ ਅੱਛਾ ਉੱਠੋ ਤਾਂ ਬਾਹਰ ਬਿੱਲਾ ਆ ਗਿਆ ਜੀ ਪੁਲਿਸ ਆ ਗਈ ਬਾਹਰ ਹਾਏ ਲਾਈਟ ਜੀ ਨਾ ਹੈ ਹੀ ਜਿਸ ਤੋਂ ਮੈਂ ਕਿਹਾ ਮੋਬਾਈਲ ਚਾਰਜ ਕਰ ਲਈ ਹੈ ਸਾਰੀ ਦਿਹਾੜੀ ਫਿਰ ਬਾਹਰ ਵਲੋਗ ਹੀ ਬਣਾਉਣਾ ਅਤੇ ਚਾਰਜ ਕਰਨ ਦਾ ਵੀ ਟਾਈਮ ਲੱਗਦਾ ਇਹਨੂੰ ਪਹਿਲਾਂ ਲੈਟ ਜਾਏ ਮੋਬਾਈਲ ਜੀ ਮੈਂ ਚਾਰਜਿੰਗ ਚਲਾਉਣਾ ਤੇਰੀ ਮਾਮਾ ਦਾ ਤੇ ਨਹੀਂ ਫੋਨ ਹੈ ਕਿਥੋਂ ਤੁਹਾਡਾ ਤੁਸੀਂ ਕਿਥੋਂ ਨਵਾਂ ਲਿਆ ਚੱਲ ਜਾ ਕੇ ਨਹਾ ਤੇ ਸਕੂਲੇ ਜਾ ਹਮ
ਅੱਛਾ ਅੱਗਾ ਖੋਲਦੀਆਂ ਜੀ ਇਹਨੇ ਗੱਲਾਂ ਸੁਣਾਉਣ ਡਿਆ ਟੀਟੀ ਬਾਬਾ ਕਰੂਗਾ ਪੜਨਾ ਨੀ ਆ ਸਿਸਟਮ ਤੋੜਨਾ ਜੀ ਫੋਨ ਨੀ ਫਜਦਾ ਛੋਟੇ ਬੱਚੇ ਫੋਨ ਫੜ ਚੱਲ ਨਹੀਂ ਬਣਨਾ ਮਾਮਾ ਨੂੰ ਕਹੋ ਮਾਮਾ ਨੂੰ ਫਿਰ ਤਾਂ ਟੀ ਨੀ ਮਾਮਾ ਹੋਏਗੀ ਮਾਮਾ ਨੂੰ ਦੱਸੋ ਇਹ ਕਿੱਥੋਂ ਲੈ ਆਉਂਦੇ ਜੇ ਉਹ ਖਲੋ ਤੇ ਸਹੀ ਚਾਚਾ ਭਾਈ ਇਹ ਨਾ ਉਹ ਚਾਚਾ ਮਾਲ ਲਿਆ ਉਹ ਪਰ ਉਹ ਚਾਚਾ ਗਿਆ ਉਹ ਪਰ ਬਾਹਰ ਉੜਾ ਉਹ ਚਾਚਾ ਨੱਸ ਗਈ ਫਰੂਟ ਲੈ ਕੇ ਉਹ ਫੜੋ ਚਾਚੇ ਨੂੰ ਫੜੋ ਉਹ ਫੜੋ ਚਾਚਾ ਗਿਆ ਆ ਜਾਓ ਫੜੋ ਫੜੋ ਫੇਰ ਕਿਤੇ ਲਈ ਸੀ ਲਓ ਜੀ ਇਹਨੇ ਫੜ ਲਿਆ ਜੀ ਫਿਰ ਖੋਲੇ ਤੇ ਫੜੋ ਚੋੜ ਅੱਗੇ ਪੈ ਗਿਆ ਚਾਹ ਚੋੜੀ ਲੈ ਕੇ ਘਰ ਨੱਸ ਜਾ ਇਹਨੇ ਘਰ ਵੀ ਆ ਕੇ ਇਹੀ ਖਾਣੇ ਨੇ ਭਲਾ ਸਾਨੂੰ ਹੀ ਦੇਣਾ ਰਾਜ ਭਰਾ ਦੇ ਲੈ ਫੜ ਬਾਈ ਕਾਹ ਪਤਾ ਨੀ ਕਿੱਦਾਂ ਦੇ ਖਾਧੇ ਨੀ ਕਦੀ ਖਾਧੇ ਵੀ ਨੀ ਹੋ ਰਹੇ ਨਹੀਂ ਸਾਰੀ ਜ਼ਿੰਦਗੀ ਕਦੀ ਖਾਧੇ ਨੀ ਕਹਿੰਦੇ ਨਹੀਂ ਖਾ ਫਿਰ ਅੱਜ ਉਹ ਪਿੱਛੇ ਹੋਈ ਓਏ ਇਹ ਵੇਖੋ ਜੀ ਅਲਹਮਦੁਲਿਲਾ ਮਿੱਟੀ ਕਿਥੋਂ ਕਿਥੋਂ ਤੱਕ ਆ ਗਈ ਚੈੱਕ ਟਰੈਕਟਰ ਵੇਲਾ ਤਾਂ ਟੈਂਪਰ ਆਏ ਨੇ ਵਾਹਵਾ ਜੀ ਅੱਗੇ ਪਰ ਮੈਂ ਥੋੜ੍ਹੇ ਜਿਹਾ ਹੱਸਾਂ ਕਿਤੇ ਵੀਡੀਓ ਅਪਲੋਡ ਕਰਨ ਹੁਣ ਅੱਗ ਸ਼ੱਗ ਬਾਲ ਕੇ ਸਿੱਖਣ ਦੇ ਕਿਦੂ ਕੌਣ ਹੈ ਹੁਣ ਟੈਂਪਰ ਕਿੰਨੇ ਟੈਂਪਰ ਆਏ ਨੇ ਭਲਾ ਅੱਜ ਇਹ ਕੀ ਆਇਆ ਲੈ ਮੈਂ ਹੁਣੇ ਵਾਹਵਾ ਜੀ ਆ ਗਏ ਨੇ ਕੰਮ ਤੇ ਦੂਰ ਤੱਕ ਪਹੁੰਚ ਗਿਆ ਤੇ ਇਹ ਕੀ ਆ ਹਈਏ ਤੇ ਜੇ ਨਾ ਬੇਬਹਾ ਟੈਂਪਰ ਆਉਣੇ ਨੇ ਤੇ ਆਪੇ ਆਉਂਦਾ ਤੇ ਫਿਰ ਵਹਾਵਾਂਗੇ ਫਿਲਹਾਲ ਉਹ ਤਾਰ ਜਿਹੜੀ ਨੇ ਉਹ ਜੋੜ ਸਹੀ ਕਰਾ ਲੈਂਗੇ ਜੇ ਸੁਭਾ ਲਾ ਠੀਕ ਕਿਉਂਕਿ ਆਣੇ ਇੱਥੇ ਬੜੇ ਪਹੁੰਚਦੇ ਨੇ ਆਖਿਆ ਜੇ ਨਾ ਕੋਈ ਤਾਰ ਫਾੜ ਨਾ ਲੇ ਕਰੰਟ ਕਰੂੰਟ ਨਾ ਲੱਗ ਜਾਏ ਕਿਸੇ ਨੂੰ ਬਿਜਲੀ ਵਾਲੇ ਭਾਈ ਨੂੰ ਜੇ ਨਾ ਸਦਕ ਲਿਆਂਦਾ ਜੇ ਤੇ ਜੋੜ ਲਾ ਲੈਗੇ ਜੇ ਹੁਣ ਇੱਥੇ ਜੇ ਨਾ ਵੇਖੋ ਕਿੰਨੇ ਜਾਣੇ ਫਿਰਦੇ ਨੇ ਤੇ ਕੰਮ ਖਰਾਬ ਨਾ ਕਰਦੇ ਨੇ ਫਿਰ ਇਸ ਵਾਸਤੇ ਜੋੜ ਲਵਾ ਨੇ ਕੰਮ ਕਰਦੇ ਜੋੜ ਜਿਹਾ ਫਿਰ ਉੱਤੇ ਲਾ ਲਗੇ ਤਾਰ ਦੇ ਨਾਲ ਤਾਂ ਕਰਕੇ ਲਾਹ ਪਿੱਛੇ ਹੋਇਓ ਤੁਸੀਂ ਕਿੱਥੇ ਫਿਰਦੇ ਪਏ ਹੋ ਜਾਣੇ ਜਾਂ ਸੁਬਹਾ ਇੱਥੇ ਆਉਂਦੇ ਨੇ ਰਾਤ ਨੂੰ ਜੋ ਸ਼ਾਮ ਦੀ ਨਮਾਜ਼ ਤੋਂ ਬਾਅਦ ਜਾਣਾ ਵਾਪਸ ਜਾਂਦੇ ਨੇ ਤਾਂ ਇੱਥੇ ਖੇਡਦੇ ਰਹਿੰਦੇ ਨੇ ਹਜੇ ਤਾਂ ਪੂਰੇ ਘਰ ਦੀ ਮਿੱਟੀ ਪਈ ਨਾ ਉਦੋਂ ਸਹੀ ਗਰਾਊਂਡ ਬਣ ਜਾਣਾ ਉਦੋਂ ਫਿਰ ਇਹਨਾਂ ਖੇਡਣਾ ਹੀ ਕਰਨਾ ਚੱਲ ਵੇਖੋ ਜੀ ਹਮਤਾਂ ਆਪਣੀ ਜਿਸ ਫਿਰ ਰਵਾਏਗਾ ਜਾਣ ਦੇ ਉੱਥੋਂ ਰ ਪੈਗਾ ਵੇਖੋ ਮੇਰਾ ਭਰਾ ਵੇ ਜਾਏਗਾ ਉੱਤੇ ਮੈਦਾਨ ਖੇਡਦੇ ਚਲੋ ਆਉਂਦੇ ਬੱਕ ਜੋ ਪਹਿਲਾਂ ਪਾੜੀ ਪਾੜੀ ਤਾਰੀ ਫੜ ਕੇ ਲਈ ਜਾ ਉਹਦਾ ਫੇ ਚਲੇ ਫਿਰ ਅੱਜ ਤੇ ਅਸੀਂ ਜੇ ਨਾ ਤਾਰਾਂ ਹੀ ਬਣੀਆਂ ਨੇ ਕਦੀ ਇੱਥੋਂ ਲਾ ਤੇ ਕਦੀ ਉੱਥੋਂ ਸਹੀ ਕਰ ਕਦੀ ਉੱਥੋਂ ਸਹੀ ਕਰ ਡੈਮ ਪਰ ਟੋੜ ਜਾਂਦੇ ਨੇ ਅਸੀਂ ਸਹੀ ਕਰਦੇ ਰਹਿੰਦੇ ਹਾਂ ਸੁਬਹਾ ਦੇ ਇੱਕ ਹੀ ਸੁੱਟਿਆ ਨੇ ਸੌ ਰਹਿੰਦੇ ਨੀ ਹੋਏ ਜਾ ਕੇ ਟਰੈਕਟਰ ਨੂੰ ਇੱਥੇ ਬਾਹੀ ਜਾਂਦੇ ਨੀ ਸਾਡੇ ਸਰਾਣੇ ਵਿਚਾਰੇ ਨੂੰ ਅਮੀ ਜੇ ਨਾ ਫਿਰ ਪੌੜੀ ਲਾਈ ਲਾ ਜੀ ਘਰ ਨੂੰ ਲਓ ਜੀ ਬਾਈ ਡੈਂਪਰ ਤੇ ਡੈਂਪਰ ਆ ਰਿਹਾ ਬਾਈ ਡੈਂਪਰ ਆ ਗਿਆ ਜੀ ਕੰਮ ਤਾਂ ਜੇ ਨਾ ਵਾਹਵਾ ਜੀ ਦੂਰ ਤੱਕ ਪਹੁੰਚਾ ਤਾ ਅੰਦਰ ਵਾਲੀ ਨੀਂਹ ਤੱਕ ਜੇ ਨਾ ਪਹੁੰਚ ਲਈਏ ਕੰਮ ਉੱਭ ਗਿਆ ਜੀ ਥੱਲੇ ਹੁਣ ਤਾਂ ਕੱਢ ਲੈਂਦੇ ਨੇ ਆਰਾਮ ਦੇ ਨਾਲ ਹੀ ਪਤਾ ਨਹੀਂ ਕਿੰਨੇ ਕੁ ਜੇ ਨਾ ਡੈਂਪਰ ਇਹਨਾਂ ਸੁੱਟ ਦਿੱਤੇ ਨੇ ਹਜੇ ਤੱਕ
ਤੇ ਠੇਕਾ ਕੀਤਾ ਨਾ ਤੇ ਅਸੀਂ ਇੱਕ ਇੱਕ ਕਿੰਨਾ ਸੀ ਫਿਰ ਤੁਹਾਨੂੰ ਦੱਸ ਦੇਣਾ ਸੀ ਬਾਕੀ ਉਂਝ ਫਿਰ ਵੀ ਜਿਹੜਾ ਪੁੱਛਾਂਗੇ ਕਿੰਨੇ ਕੁ ਜਿਹੜਾ ਪਏ ਨੇ ਨਾਲ ਪੁੱਛ ਲਵਾਂਗੇ ਉੱਥੋਂ ਪਰਚੀਆਂ ਲੈ ਕੇ ਆਉਂਦੇ ਹੋਣੇ ਨੇ ਅਤੇ ਜੋ ਵੀ ਹਿਸਾਬ ਹੋਏਗਾ ਫਿਰ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਕੁ ਡੈਮ ਪਰ ਜਾਣਾ ਰੇਤ ਪਈ ਕਿੰਨੇ ਪੈ ਜਾਣ ਵੇ ਹੁਣ ਆ ਜਾਂਦੇ ਪਿੱਛੇ ਹੈ ਨਾ ਅਸੀਂ ਤੂੰ ਸਹੀ ਕੰਮ ਹੋ ਗਿਆ ਨਾਲੇ ਹੁਣ ਥੋੜ੍ਹੀ ਹੈ ਨਾ ਉਹ ਨਾਲੇ ਅੱਗੇ ਬਹਿ ਜਾਂਦਾ ਥੋੜ੍ਹੀ ਕੁ ਪਿੱਛੇ ਆਉਂਦਾ ਹੈ ਠੇਕਾ ਕੀਤਾ ਨਾ ਤੇ ਲੱਦ ਲੱਦ ਕੇ ਲਿਆਂਦੇ ਨੇ ਫੁੱਲ ਰੇਤ ਜੀ ਨਾ ਪੈ ਲੈਂਦੋ ਇੱਥੇ ਪੂਰੇ ਥਾਂ ਚ ਨਹੀਂ ਆ ਫਿਰ ਤੁਹਾਨੂੰ ਦੱਸਾਂਗੇ ਜੀ ਕਿੰਨੀ ਜਗ੍ਹਾ ਚ ਜਿਹਨੇ ਕਿੰਨੀ ਰੇਤ ਪਾਈ ਹੈ ਤੇ ਕਿੰਨੀ ਜਗ੍ਹਾ ਚ ਮਕਾਨ ਬਣਾ ਲਗੇ ਹੋਏ ਹੋਏ ਉਧਰ ਤਾਰ ਜੇ ਕੀ ਹੋਇਆ ਗੈਲ ਚ ਪਾਣੀ ਵੜ ਗਿਆ ਉਸੇ ਕਿਹੜੀ ਗੈਲ ਚ ਉਸੇ ਦੇ ਕੇ ਤੇ ਹੁਣ ਛੁੱਟੀ ਅਸੀਂ ਤੇ ਚੱਲੇ ਆ ਨਾਲ ਉੱਥੋਂ ਵਹਾਣ ਜਾ ਤੁਰ ਜੇ ਹੁਣ ਹੀ ਨਹੀਂ ਆਉਣਾ ਚਲੋ ਕੱਢ ਲੋ ਧੱਕ ਲੋ ਯਾਰ ਲੱਤ ਲੈਂਦਾ ਉਹ ਭਾਈ ਬੰਦੇ ਨੂੰ ਕੀ ਆਉਂਦੇ ਨੇ ਭਾਈ ਪਾਣੀ ਆ ਗਿਆ ਪਾਣੀ ਫਿਰ ਗਿਆ ਹੁਣ ਸੁਬਾ ਫਿਰ ਸਵਾਰੀ ਕਰਨੀ ਜੇ ਕਿਆ ਵੀ ਸਵੇਰੇ ਠੀਕ ਹੋ ਗਿਆ ਜੀ ਕੰਮ ਜੇ ਨਾ ਕਹਿੰਦੇ ਨੇ ਜੀ ਬੰਦ ਕਰਨਾ ਪੈਣਾ ਉੱਥੋਂ ਰੇ ਕਿਤੇ ਪਾਣੀ ਆ ਗਿਆ ਤੇ ਸੁਬਾ ਫਿਰ ਵੇਖ ਪਾਣੀ ਸੁੱਕੇਗਾ ਤੇ ਫਿਰ ਕੰਮ ਸਟਾਰਟ ਹੋਣਾ ਹੁਣ ਤੇ ਇਸ ਟਾਈਮ ਹੁਣ ਛੁੱਟੀ ਘਰ ਚਲੇ ਨੇ ਕੰਮ ਬੰਦ ਕਰ ਹੋਇਆ ਖਾਲੀ ਵਿੱਚ ਵੜਨਾ ਜੇ ਹੁਣ ਮੈਂ ਆਉਣਾ ਮੈਂ ਹੋਇਆ ਖਾਲੀ ਉਹ ਵੇਖ ਕੇ ਕੁੰਡਿਆ ਪੀ ਬਿੰਦੇ ਹੋਵੇ ਇਹ ਕਿੰਜ ਆ ਪੀ ਉਹ ਸੰਗਲਾਂ ਦੇ ਨਾਲ ਹੁੰਦੇ ਨੇ ਹਾਂ ਮੈਂ ਕਿਹਾ ਸਿਸਟਮ ਕੀਤਾ ਆਉਂਦੇ ਮੈਂ ਚਾਚੂ ਨਹੀਂ ਆਉਣਾ ਕੀ ਪ੍ਰੋਗਰਾਮ ਬਣਿਆ ਨੇ ਚਲੋ ਜੀ ਡੈਮ ਪਰ ਵਾਲੇ ਫਿਰ ਤੁਰ ਚਲੇ ਜਾ ਸੰਗਲ ਵੇਖੋ ਉਹਨਾਂ ਦਾ ਕਿੱਡਾ ਤਗੜਾ ਹਾਂ ਕਿਚੇ ਨਹੀਂ ਚੱਲਦਾ ਡੈਮ ਪਰ ਵਾਲੇ ਫਿਰ ਜਿਹਨ ਚੱਲੇ ਨੇ ਘਰ ਨੂੰ ਅਸੀਂ ਵੀ ਚੱਲੀਏ ਆਪਣੇ ਘਰ ਨੂੰ ਤੇ ਸੁਬਾ ਵੇਖਾਂਗੇ ਫਿਰ ਜੋ ਵੀ ਮਾਮਲਾ ਧੋਏ ਕੰਮ ਚਾਲੂ ਹੁੰਦਾ ਕਿ ਨਹੀਂ ਹੁੰਦਾ ਦੁਆ ਕਰੋ ਜਿਹਨਾਂ ਕੰਮ ਚਾਲੂ ਰਹੇ ਮਿੱਟੀ ਜਿਹਾ ਰੇਤ ਮੀਆਂ ਚੱਲੀ ਜਲਦੀ ਭੂੜ ਕਤਨ Where are you go? ਤੈਨੂੰ ਕਿੱਥੇ ਚਲੇ ਆ ਰਹੀ ਕਿੱਥੇ ਉਹ ਕਹਿੰਦਾ ਸੀ ਮੇਰਾ ਜੀ ਆ ਵਾ ਅੱਛਾ ਤੇ ਉਹ ਹੁਣ ਇੱਕ ਫੇਰਾ ਲਾ ਕੇ ਤੁਰ ਗਏ ਨੇ ਹਾਂ ਨਾ ਹੁਣ ਨਹੀਂ ਆਣਾ ਕਿੱਥੇ ਪਾਣੀ ਆ ਗਿਆ ਕਿੱਥੇ ਪਾਣੀ ਆ ਗਿਆ ਦੇਖ ਕਿਤੇ ਗੈਲ ਕਿਸੇ ਨੇ ਗੈਲ ਖੁੱਲ ਗਈ ਤੇ ਪਾਣੀ ਆ ਗਿਆ ਤੂੰ ਹੁਣ ਅਸੀਂ ਸਹੀ ਰੇਤ ਲੈ ਕੇ ਆਏ ਅਸੀਂ ਵੀ ਜਾਣਾ ਪਹੁੰਚ ਗਿਆ ਜੀ ਆਪਣੇ ਘਰ ਆਇਓ ਬਾਹਰ ਠੰਡ ਬੜੀ ਜੀ ਬਾਹਰ ਆਇਓ ਫਟਾਫਟ ਘਰ ਜਲਦੀ ਕਰੋ ਚਾਚਾ ਪਿੰਡੂ ਯਾਰ ਨੰਗੋ ਜੀ ਨੰਗੋ ਨੰਗੋ ਜੀ ਨੰਗੋ ਕੁੰਡੀ ਮਾਰਦੀ ਹੈ ਤੁਸੀਂ ਵੀ ਦੋ ਫਿਰ ਤੁਹਾਨੂੰ ਇਜਾਜ਼ਤ ਯਾਰ ਮਿਲਾਂਗੇ ਫਿਰ ਇਨਸ਼ਾਅੱਲਾ ਸੁਬਾ ਤੇ ਅੱਜ ਦਾ ਵਲੋਗ ਕਿੰਨੀ ਜ਼ਿਆਦਾ ਗੱਲ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜ਼ਿਆਦਾ ਤੋਂ ਜ਼ਿਆਦਾ ਵੇਖਿਓ ਅਤੇ ਸਪੋਰਟ ਕਰਿਓ ਮਿਲਣਾ ਫਿਰ ਨੈਕਸਟ ਵਲੋਗ 'ਚ ਫਕੀਰ ਰਹਿਣਾ ਇਸ ਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਅੱਲਾ ਹਾਫਿਜ਼ ਬਾਏ ਬਾਏ ਟਾਏ ਟਾਏ